ਆ ਜਿਹੜੀ ਤੁਸੀਂ ਦੇਖ ਰਹੇ ਹੋ ਲੁੱਟ ਹੋਈ ਹੈ ਇੱਕ ਬਜ਼ੁਰਗ ਦੇ ਨਾਲ। ਜੀ ਹਾਂ, ਬਜ਼ੁਰਗ ਨੂੰ ਲੁੱਟਿਆ ਗਿਆ ਹੈ, ਬੇਹੋਸ਼ ਕਰਕੇ। ਤਾਂ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਬਜ਼ੁਰਗ ਦੀ ਲੁੱਟ ਹੋਈ ਹੈ। ਪਹਿਲਾਂ ਦੋ ਜਾਣੇ ਆਉਂਦੇ ਨੇ ਬਜ਼ੁਰਗ ਨੂੰ ਦੇਖ ਕੇ, ਉਸ ਤੋਂ ਗੁਰੂ ਘਰ ਦਾ ਰਾਹ ਪੁੱਛਦੇ ਨੇ ਕਿ ਗੁਰੂ ਘਰ ਕਿੱਧਰ ਹੈ। ਤਾਂ ਉਸ ਤੋਂ ਬਾਅਦ ਜੋ ਬਜ਼ੁਰਗ ਦੱਸਣ ਲੱਗਦਾ ਹੈ, ਤਾਂ ਫਿਰ ਲੁਟੇਰੇ ਉਸ ਦੇ ਇੱਕ ਹੋਰ ਸਾਥੀ ਦੇ ਨਾਲ ਮਿਲ ਕੇ ਚਿੱਟਾ ਕੁੜਤਾ ਪਜਾਮਾ ਜਿਸਨੇ ਪਾਇਆ ਹੋਇਆ ਸੀ ਤੁਸੀਂ ਵੇਖ ਸਕਦੇ ਹੋ, ਉਹ ਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਉਹਦੇ ਕੋਲ ਨਸ਼ੀਲੀ ਦਵਾਈ ਹੁੰਦੀ ਹੈ। ਜਦ ਬਜ਼ੁਰਗ ਦੇ ਪੈਰੀ ਹੱਥ ਲਾਉਣ ਲੱਗੇ, ਤਾਂ ਉਸ ਤੋਂ ਬਾਅਦ ਚੁੱਕ ਕੇ ਥੱਲੇ ਜਿਹੜਾ ਬਜ਼ੁਰਗ ਨੂੰ ਜਿਹੜਾ ਰੁਮਾਲ ਸੰਘਾ ਦਿੱਤਾ, ਤੇ ਰੁਮਾਲ ਦੇ ਵਿੱਚ ਇਸ ਤਰ੍ਹਾਂ ਉਹ ਕਰ ਗਿਆ ਹੈਗਾ ਹੈ। ਤਾਂ ਪਰਨੇ ਦੇ ਵਿੱਚ ਕੋਈ ਬੇਹੋਸ਼ੀ ਦੀ ਦਵਾਈ ਸੀ ਛਿੜਕੀ ਹੋਈ, ਜਿਸਦੇ ਕਾਰਨ ਬੇਹੋਸ਼ੀ ਦਵਾਈ ਪਰਨੇ ਉੱਤੇ ਲੱਗੀ ਸੀ, ਤਾਂ ਪਰਨਾ ਉਸਦੇ ਨੱਕ ਤੇ ਲਗਾ ਦਿੱਤਾ ਤੇ ਬਜ਼ੁਰਗ ਜਿਹੜਾ ਹੈ ਬੇਹੋਸ਼ ਹੋ ਜਾਂਦਾ ਹੈ। ਤਾਂ ਬੇਹੋਸ਼ ਹੋਣ ਤੋਂ ਬਾਅਦ ਉਸਦੇ ਹੱਥ ਦੇ ਵਿੱਚ ਇੱਕ ਸੋਨੇ ਦੀ ਅੰਗੂਠੀ ਪਾਈ ਹੁੰਦੀ ਹੈ, ਸੋਨੇ ਦੀ ਛਾਪ ਕੱਢ ਲੈ ਜਾਂਦੇ ਨੇ। ਉਸ ਤੋਂ ਬਾਅਦ ਉਸਦੀ ਘੜੀ ਲੈ ਲੈਂਦੇ ਨੇ, ਤੇ ਨਾਲ ਹੀ ਉਸਦੀ ਨਗਦੀ ਵੀ ਖੋ ਲੈਂਦੇ ਨੇ। ਉਸ ਤੋਂ ਬਾਅਦ ਬਜ਼ੁਰਗ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹ ਤਾਂ ਬੇਹੋਸ਼ ਸੀ ਉਸ ਸਮੇਂ। ਜਦੋਂ ਉਸਦੇ ਨਾਲ ਵਾਰਦਾਤ ਕਰਕੇ ਉਹ ਚਲੇ ਜਾਂਦੇ ਨੇ, ਤਾਂ ਉਸਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਵੇਖ ਸਕਦੇ। ਦਿਨ ਦਿਹਾੜੇ ਬਜ਼ੁਰਗ ਨੂੰ ਲੁੱਟਿਆ ਗਿਆ ਹੈ, ਗੁਰੂ ਘਰ ਦਾ ਰਾਹ ਪੁੱਛਿਆ ਗਿਆ ਹੈ। ਰਾਹ ਪੁੱਛਦੇ ਪੁੱਛਦੇ ਪੈਰੀ ਹੱਥੀ ਲਾ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੀ ਹੈ। ਉਸ ਤੋਂ ਬਾਅਦ ਗਲੇ ਦੇ ਵਿੱਚ ਲਾ ਕੇ ਇੱਕ ਹੋਰ ਸਾਥੀ ਲੁਟੇਰੇ ਦੇ ਨਾਲ ਆਉਂਦਾ ਹੈ, ਤਾਂ ਦੋਨੇ ਇਕੱਠੇ ਹੋ ਕੇ ਬਜ਼ੁਰਗ ਨੂੰ ਸੁਝਾ ਦਿੰਦੇ ਨੇ ਨਸ਼ੀਲੀ ਦਵਾਈ, ਜਿਸ ਤੋਂ ਬਾਅਦ ਬਜ਼ੁਰਗ ਬੇਹੋਸ਼ ਹੋ ਜਾਂਦਾ ਹੈ। ਜਿਸ ਤੋਂ ਬਾਅਦ ਉਸਦਾ ਜਿਹੜਾ ਫਾਇਦਾ ਚੱਕਦੇ ਨੇ, ਘੜੀ ਲੈ ਲੈਂਦੇ ਨੇ, ਨਗਦੀ ਲੈ ਲੈਂਦੇ ਨੇ, ਮੁੰਦਰੀ ਲੈ ਲੈਂਦੇ ਨੇ ਸੋਨੇ ਦੀ, ਤੇ ਉਸ ਤੋਂ ਬਾਅਦ ਉਸਨੂੰ ਛੱਡ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ। ਆਖਿਰਕਾਰ ਜਦ ਦੁਕਾਨਾਂ ਵਾਲੇ ਉਸਦੇ ਕੋਲ ਜਾਂਦੇ ਨੇ, ਤਾਂ ਵੇਖਦੇ ਨੇ ਕਿ ਕੀ ਹੋ ਗਿਆ। ਤਾਂ ਬਜ਼ੁਰਗ ਕਹਿੰਦਾ ਹੈ, ਮੈਨੂੰ ਤਾਂ ਕੁਝ ਪਤਾ ਨਹੀਂ ਲੱਗਿਆ ਪਿਛਲੇ ਕੁਝ ਮਿੰਟਾਂ ਤੋਂ ਕੀ ਹੋ ਰਿਹਾ। ਇਹਨੇ ਜੀ ਜਿਹੜਾ ਬਜ਼ੁਰਗ ਜਦੋਂ ਆਪਦੇ ਹੱਥ ਪੈਰ ਦੇਖਦਾ ਹੈ, ਤਾਂ ਦੇਖਦਾ ਹੈ ਕਿ ਗੁੱਟ ਤੇ ਘੜੀ ਬੰਨੀ ਸੀ ਉਹ ਨਹੀਂ ਹੈਗੀ, ਸ਼ਾਮ ਪਾਈ ਸੀ ਪਰ ਹੁਣ ਉਸਦੇ ਗਿੱਟ ਤੇ ਨਹੀਂ ਹੈ, ਗਿੱਚੇ ਦੇ ਵਿੱਚ ਰੁਪਏ ਨਹੀਂ ਹੈ। ਤਾਂ ਤੁਸੀਂ ਕਿਸ ਪ੍ਰਕਾਰ ਲੋਕ ਡਿੱਗੇ ਪਏ ਨੇ ਵੇਖ ਸਕਦੇ ਹੋ, ਕਿਵੇਂ ਲੋਕਾਂ ਦਾ ਬੁਰਾ ਹਾਲ ਹੈ। ਇੱਕ ਬਜ਼ੁਰਗ ਨੂੰ ਵੀ ਨਹੀਂ ਬਖਸ਼ਿਆ, ਕਿਸ ਤਰੀਕੇ ਦੇ ਨਾਲ ਉਸਨੂੰ ਬੇਹੋਸ਼ ਕਰਕੇ ਉਸਦੀ ਕੜੀ ਮੁੰਦਰੀ ਤੇ ਪੈਸੇ ਲੈ ਕੇ ਫਰਾਰ ਹੋ ਗਏ ਨੇ। ਇੱਕ ਜਿਹੜਾ ਮੋਟਰਸਾਈਕਲ ਤੇ ਆਉਂਦਾ ਹੈ, ਗੁਰੂ ਘਰ ਦਾ ਰਾਹ ਪੁੱਛਦਾ ਹੈ, ਬਜ਼ੁਰਗਾਂ ਨਾਲ ਗੱਲਬਾਤ ਕਰਦਾ ਹੈ, ਪੈਰੀ ਹੱਥੀ ਲਾਉਂਦਾ, ਬਜ਼ੁਰਗ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਬਜ਼ੁਰਗ ਜਦੋਂ ਰਾਹ ਦੱਸਦਾ, ਤਾਂ ਉਸ ਤੋਂ ਬਾਅਦ ਜਿਹੜਾ ਦੂਸਰਾ ਵਿਅਕਤੀ ਆਉਂਦਾ ਹੈ ਪਰਨੇ ਦੇ ਉੱਪਰ ਕੁਝ ਛਿੜਕਾ ਕੇ, ਤੇ ਉਸ ਤੋਂ ਬਾਅਦ ਬਜ਼ੁਰਗ ਨੂੰ ਬੇਹੋਸ਼ ਕਰ ਦਿੰਦਾ ਹੈ ਅਤੇ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਤੇ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ, ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ।